ਸਤਿ ਸ਼੍ਰੀ ਅਕਾਲ ਦੋਸਤੋ, ਆਪ ਸਭ ਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਇਨ ਫਿਨਲੈਂਡ ਦੇ ਵਿੱਚ। ਤੇ ਮੈਂ ਅਰਦਾਸ ਕਰਦੀ ਹਾਂ ਜਿੱਥੇ ਵੀ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੈਗੇ ਹੋ, ਪਰਮਾਤਮਾ ਤੁਹਾਨੂੰ ਸੁੱਖ ਸ਼ਾਂਤੀ ਬਖਸ਼ੇ, ਤੁਹਾਡੀਆਂ ਕਮਾਈਆਂ 'ਚ ਬਰਕਤ ਪਾਵੇ ਤੇ ਰਾਜ਼ੀ ਖੁਸ਼ੀ ਰਹੋ। ਅਸੀਂ ਵੀ ਠੀਕ ਠਾਕ ਹਾਂ। ਤੇ ਅੱਜ ਦੀ ਵੀਡੀਓ ਅਸੀਂ ਸ਼ੁਰੂ ਕਰਨ ਲੱਗੇ ਹਾਂ। ਬੋਲੋ ਵੀਰ ਸਾਹਿਬ। ਦੋਸਤ ਨੇ ਪੁੱਛਿਆ ਕਿ ਇੱਥੋਂ ਰੋਪੜ ਤੋਂ? ਨਹੀਂ, ਰੋਪੜ ਤੋਂ ਗੁਰਪ੍ਰੀਤ ਸ਼ਾਇਦ ਵੀ ਇੱਥੇ ਉਹਨੇ ਆਉਣਾ ਸਪਾਊਸ ਦੇ ਨਾਲ ਤੇ ਕੰਮ ਮਿਲ ਜਾਂਦਾ। ਰੈਂਟ ਕਿੰਨਾ, ਖਾਣ ਪੀਣ ਦਾ ਖਰਚਾ ਕਿੰਨਾ, ਕਿੰਨੀ ਬੱਚਤ ਹੋ ਜਾਂਦੀ ਹੈ, ਉਹ ਸਾਰੀ ਡਿਟੇਲ ਉਹਨੇ ਪੁੱਛੀ ਸੀ। ਬੱਚਤ ਇਸ ਤਰ੍ਹਾਂ ਦੋਸਤੋ, ਵੀ ਪਹਿਲਾਂ ਤਾਂ ਆਪਾਂ ਕਰਦੇ ਹਾਂ ਮਕਾਨ ਦੀ ਗੱਲ। ਮਕਾਨ ਜੇ ਤਾਂ ਤੁਸੀਂ ਹੈਲਥ, ਪਹਿਲਾਂ ਤਾਂ ਇਹ ਆ ਕੁਐਸਚਨ ਵੀ ਤੁਸੀਂ ਆਉਂਦੇ ਕਿਹੜੇ ਸ਼ਹਿਰ ਹੋ, ਠੀਕ ਹੈ ਨਾ? ਅਤੇ ਅਲੱਦਾ ਅਲੱਦਾ ਸ਼ਹਿਰਾਂ ਦਾ ਮਕਾਨ ਦਾ ਅਲੱਦਾ ਅਲੱਦਾ ਖਰਚਾ। ਜੇ ਹੈਲਸਿੰਕੀ 'ਚ ਆਉਂਦੇ ਹੋ ਤਾਂ ਉੱਥੇ ਕਾਫੀ ਮਹਿੰਗਾ। ਜੇ ਥੋੜ੍ਹਾ ਇੱਧਰ ਅਪ ਸਾਈਡ ਨੂੰ ਆਉਂਦੇ ਹੋ, ਤਾਂਪਰੇ, ਹੈਮੇਲੀਨਾ, ਯੂਐਸ ਕਿਲਾ ਜਾਂ ਤੁਰਕੂ, ਇੱਧਰ ਥੋੜ੍ਹੇ ਮਕਾਨ ਸਸਤੇ ਨੇ। ਓਲੂ ਅਤੇ ਇੱਧਰ ਕੰਮ ਦੀ ਕਮੀ ਹੈ, ਠੀਕ ਹੈ ਨਾ? ਅਤੇ ਇੱਧਰ ਤਾਂਪਰੇ ਦੇ ਏਰੀਏ 'ਚ ਜੇ ਤਾਂ ਤੁਸੀਂ ਸਟੂਡੈਂਟ ਮਕਾਨ ਲੈਂਦੇ ਹੋ ਤਾਂ 300-250, 350 ਤੱਕ ਵੀ ਹੋ ਸਕਦਾ ਹੈ। ਉਹਦੇ ਵਿੱਚ ਜਿਹੜੀ ਰਸੋਈ ਹੁੰਦੀ ਹੈ ਉਹ ਸਾਰਿਆਂ ਦੀ ਸਾਂਝੀ ਹੁੰਦੀ ਹੈ, ਜਾਂ ਜਿੰਨੇ ਵੀ ਮੈਂਬਰ ਰਹਿੰਦੇ ਆ ਉੱਥੇ ਅਤੇ ਉਹਨਾਂ ਦੀ ਰਸੋਈ ਹੁੰਦੀ ਹੈ। ਅਤੇ ਬਾਥਰੂਮ ਤੁਹਾਡਾ ਆਪਣਾ ਹੋਏਗਾ ਅਤੇ ਟੋਇਲਟ ਤੁਹਾਡੀ ਆਪਣੀ ਹੋਏਗੀ ਉਹਦੇ ਵਿੱਚ ਹੀ, ਅਤੇ ਇੱਕ ਕਮਰਾ ਹੋਏਗਾ ਤੁਹਾਡੇ ਕੋਲ। ਅਤੇ ਬਾਕੀ ਜੇ ਤੁਸੀਂ ਬਾਹਰ ਪ੍ਰਾਈਵੇਟ ਮਕਾਨ ਲੈਂਦੇ ਹੋ ਬਿਲਡਿੰਗਾਂ 'ਚ, ਉੱਥੇ 400 ਵੀ ਹੋ ਸਕਦਾ, 500 ਵੀ ਹੋ ਸਕਦਾ ਮਹੀਨੇ ਦਾ ਰੈਂਟ ਇੱਕ ਕਮਰੇ ਵਾਲੇ ਦਾ। ਤਾਂਪਰੇ ਵੀ ਇੱਦਾਂ ਵੀ ਜੇ ਤੁਸੀਂ ਤਾਂਪਰੇ ਤੋਂ ਬਾਹਰ ਜਾ ਕੇ ਲੈਂਦੇ ਹੋ, ਥੋੜ੍ਹਾ ਸ਼ਹਿਰੋਂ ਬਾਹਰ ਜਾਂਦੇ ਹੋ ਅਤੇ ਫਿਰ ਤੁਹਾਨੂੰ ਟਰਾਂਸਪੋਰਟ, ਪਬਲਿਕ ਟਰਾਂਸਪੋਰਟ ਜਿਹਨੂੰ ਕਹਿੰਦੇ ਆਪਾਂ, ਬੱਸ, ਟ੍ਰੇ, ਜਿਹੜੀ ਟਰਾਮ ਚੱਲਦੀਆਂ ਨੇ ਇੱਥੇ, ਉਹਨਾਂ ਦਾ ਕਾਰਡ ਬਣ ਜਾਂਦਾ ਮਹੀਨੇ ਦਾ, ਉਹ ਤੁਹਾਨੂੰ ਯੂਜ਼ ਕਰਨਾ ਪਏਗਾ, ਠੀਕ ਹੈ ਨਾ? ਅਤੇ ਬਾਕੀ ਜੇ ਸੈਂਟਰ 'ਚ ਲੈਂਦੇ ਹੋ ਤਾਂ ਫਿਰ ਇਹੀ ਰੇਟ ਹੈ, 500-450 ਪ੍ਰਾਈਵੇਟ ਮਕਾਨ ਦਾ, 600 ਵੀ ਹੋ ਸਕਦਾ ਹੈ, ਹੈਲਸਿੰਕੀ 'ਚ 700-800 ਵੀ ਹੋ ਸਕਦਾ ਹੈ, 1000 ਵੀ ਹੋ ਸਕਦਾ ਹੈ, ਠੀਕ ਹੈ ਨਾ? ਅਤੇ ਬਾਕੀ ਮਕਾਨ ਦੇ ਨਾਲ ਜੇ ਤੁਹਾਡੇ ਕੋਲ ਗੱਡੀ ਹੈ ਤਾਂ ਗੱਡੀ ਦੀ ਪਾਰਕਿੰਗ ਦੇ ਪੈਸੇ ਐਕਸਟਰਾ ਦੇਣੇ ਪੈਂਦੇ ਨੇ। ਉਹਦੇ ਹੁੰਦੇ ਕੋਈ 10, ਕਿਸੇ ਦੇ 12, ਕਿਸੇ ਦੇ ਜ਼ਿਆਦਾ ਵੀ ਹੋ ਸਕਦੇ ਨੇ। ਡਿਪੈਂਡ ਹੈ, ਜੇ ਤੁਸੀਂ ਹੈਲਸਿੰਕੀ 'ਚ ਲੈਂਦੇ ਉੱਥੇ ਹੋ ਸਕਦਾ 100 ਯੂਰੋ ਵੀ ਹੋ ਸਕਦਾ, 100-200 ਯੂਰੋ। ਇੱਥੇ ਤਾਂਪਰੇ ਵੀ ਜੇ ਤੁਸੀਂ ਥੱਲੇ ਲੈਂਦੇ ਹੋ ਨਾ ਕਿਸੇ ਮਾਲ ਦੇ, ਪਾਰਕਿੰਗ 80-100 ਤੱਕ ਹੈ। ਅਤੇ ਫਿਰ ਜੇ ਗੱਡੀ ਤੁਸੀਂ ਰੱਖਦੇ ਹੋ ਉਹਦੀ ਤੁਹਾਨੂੰ ਇੰਸ਼ੋਰੈਂਸ ਕਰਾਉਣੀ ਪੈਣੀ ਆ, ਫਿਰ ਮਕਾਨ ਦੀ ਵੀ ਤੁਹਾਨੂੰ ਇੰਸ਼ੋਰੈਂਸ ਕਰਾਉਣੀ ਪੈਣੀ ਆ ਜਿਹੜਾ ਤੁਸੀਂ ਕਮਰਾ ਲਾਓਗੇ, ਠੀਕ ਹੈ ਨਾ? ਉਹ ਇਸ ਕਰਕੇ ਹੁੰਦੀ ਹੈ ਜੇ ਅਚਾਨਕ ਕਿਤੇ ਕੋਈ ਚੋਰੀ ਹੋ ਜਾਂਦੀ ਹੈ ਜਾਂ ਕੋਈ ਅੱਗ ਲੱਗ ਜਾਂਦੀ ਹੈ ਮਕਾਨ ਨੂੰ, ਅਤੇ ਉਹਦੇ ਸੇਫਟੀ ਵਾਸਤੇ ਇੱਥੇ ਮਕਾਨਾਂ ਦੀ ਇੰਸ਼ੋਰੈਂਸ ਕਰਾਉਣੀ ਪੈਂਦੀ ਹੈ। ਅਸੀਂ ਵੀ ਕਰਾਈ ਹੈ, ਸਾਡੇ ਘਰ ਦੀ ਹੈਗੀ ਹੈ। ਬਾਕੀ ਪਾਣੀ ਦਾ ਬਿੱਲ ਜਿਹੜਾ ਉਹ ਅਲੱਗ ਹੁੰਦਾ ਕਿਰਾਏ ਤੋਂ, ਉਹ 20 ਤੋਂ ਲੈ ਕੇ 25-28-30 ਤੱਕ ਵੀ 30 ਤੱਕ ਵੀ ਹੈਗਾ ਪਰ ਪਰਸਨ ਇੱਕ ਬੰਦੇ ਦਾ। ਅਤੇ ਬਾਕੀ ਬਿਜਲੀ ਆ ਜਿੰਨੀ ਤੁਸੀਂ ਬਾਲੋਗੇ ਉਹਦੇ ਡਿਪੈਂਡ ਆ। ਅਤੇ ਗੱਡੀ ਦੀ ਇੰਸ਼ੋਰੈਂਸ ਹੋ ਗਈ ਅਤੇ ਗੱਡੀ ਦੀ ਪਾਰਕਿੰਗ ਹੋ ਗਈ। ਅਤੇ ਸਿਆਲ ਵਾਸਤੇ ਜੇ ਤੁਸੀਂ ਗਰਮ ਪਾਰਕਿੰਗ ਲੈਣੀ ਆ ਤਾਂ ਉਹਦੇ ਹੋਰ ਵੀ ਐਕਸਟਰਾ ਪੈਸੇ ਹੁੰਦੇ ਆ, ਜਾਂ ਤੁਸੀਂ ਕਿਤੇ ਕਹਿ ਲਓ ਵੀ ਛੱਤ ਵਾਲੀ ਪਾਰਕਿੰਗ ਲੈਣੀ ਆ ਅਤੇ ਉਹਦੇ ਵਾਸਤੇ ਹੋਰ ਵੀ ਜ਼ਿਆਦਾ ਪੈਸੇ ਹੁੰਦੇ ਆ, ਠੀਕ ਹੈ ਨਾ? ਅਤੇ ਖਾਣ ਪੀਣ ਦਾ ਇੱਦਾਂ ਵੀ, ਖਾਣ ਪੀਣ ਦਾ ਤਾਂ ਡਿਪੈਂਡ ਆ ਤੁਹਾਡੇ 'ਤੇ, ਤੁਸੀਂ ਕੀ ਕੁਛ ਖਾਂਦੇ ਹੋ, ਠੀਕ ਹੈ ਨਾ? ਉਹ ਤਾਂ ਡਿਪੈਂਡ ਹੁੰਦਾ ਆਪਣੇ 'ਤੇ, ਅਸੀਂ ਕਿੰਨਾ ਖਰਚਾ ਕਰਨਾ। ਸਟਾਰਟਿੰਗ ਦੇ ਵਿੱਚ ਹੱਥ ਨੂੰ ਘੁੱਟ ਕੇ ਚੱਲਦੇ ਹਾਂ, ਹੈ ਨਾ? ਅਤੇ ਜੇ ਅਸੀਂ ਹਿਸਾਬ ਕਿਤਾਬ ਨਾਲ ਚੱਲਾਂਗੇ ਤਾਂ ਮੇਰਾ ਆਈਡੀਆ ਵੀ 200-300 ਯੂਰੋ ਦੇ ਨਾਲ ਤੁਸੀਂ ਆਰਾਮ ਦੇ ਨਾਲ ਗੁਜ਼ਾਰਾ ਕਰ ਸਕਦੇ ਹੋ। ਦੋ ਮੈਂਬਰ? ਹਾਂ, 2 ਮੈਂਬਰ। ਉਹ ਹੈ ਹੱਥ ਘੁੱਟ ਕੇ, ਹੁਣ ਅਸੀਂ ਕਈ ਵਾਰ ਸਟੋਰ ਜਾਂਦੇ ਹਾਂ, ਇੱਕ ਵੀਕ 'ਤੇ 150 ਤੱਕ ਦਾ ਵੀ ਯੂਰੋ ਦਾ ਸਮਾਨ ਆ ਜਾਂਦਾ, ਉਹ ਵੀ ਚੱਕ ਲਓ, ਉਹ ਵੀ ਚੱਕ ਲਓ। ਪਰ ਸਟਾਰਟਿੰਗ ਦੇ ਵਿੱਚ ਜੇ ਮੈਂ ਵੀ ਇੱਥੇ ਆਵਾਂਗੀ ਤਾਂ ਮੈਂ ਵੀ ਸੋਚਾਂਗੀ ਵੀ ਮੇਰੀ ਇੰਨੀ ਆਮਦਨ ਹੈ ਅਤੇ ਉਹਦੇ ਹਿਸਾਬ ਨਾਲ ਮੈਂ ਖਰਚਾ ਕਰਨਾ। ਫਿਰ ਵੀ ਕਿਉਂਕਿ ਅੱਗੇ ਸਮਾਨ ਸੀ ਸਸਤਾ, ਹੁਣ ਇੱਥੇ ਸਮਾਨ ਬਹੁਤ ਮਹਿੰਗਾ ਹੋ ਚੁੱਕਿਆ, ਬਹੁਤ ਮਹਿੰਗਾਈ ਹੋ ਗਈ ਹੈ, ਜਿਵੇਂ ਹੋਰ ਦੇਸ਼ਾਂ 'ਚ ਵੀ ਬਹੁਤ ਮਹਿੰਗਾਈ ਹੋ ਗਈ ਨਾ। ਇੱਥੇ ਵੀ ਸਾਲ ਲਾ ਲਓ ਵੀ ਲੜਾਈ ਤੋਂ ਪਹਿਲਾਂ ਇੱਥੇ
ਜਿਹੜੀ ਯੂਰੋ ਦੀ ਚੀਜ਼ ਸੀ ਹੁਣ 2-2.5 ਯੂਰੋ ਦੀ ਹੋ ਗਈ ਹੈ ਮਤਲਬ ਡਬਲ ਰੇਟ ਵੱਧ ਗਿਆ ਡਬਲ ਤੋਂ ਵੀ ਅੱਪ ਹੋ ਗਿਆ ਅਤੇ ਬਾਕੀ ਕੰਮ ਕਾਰ ਬਾਰੇ ਤੁਸੀਂ ਪੁੱਛ ਰਹੇ ਹੋ ਵੀ ਕੰਮ ਕਾਰ ਤਾਂ ਇੱਦਾਂ ਬਈ ਜਦੋਂ ਤੁਸੀਂ ਆਉਣਾ ਹੈ ਤਾਂ ਉੱਥੇ ਤੁਸੀਂ ਯੂਨੀਵਰਸਿਟੀ ਕੋਲ ਆਪਣਾ ਉੱਥੇ ਕੋਈ ਦੱਸਦੇ ਨੇ ਉਹਨਾਂ ਦੀ ਯੂਨੀਅਨ ਬਣੀ ਹੋਈ ਹੈ ਉਹਦੇ ਵਿੱਚ ਤੁਸੀਂ ਆਪਣਾ ਨਾਂ ਨੂੰ ਲਿਖਾ ਦੇਣਾ ਉਹ ਫਿਰ ਗਾਂ ਕੰਪਨੀ ਵਾਲਿਆਂ ਨਾਲ ਫੈਕਟਰੀਆਂ ਵਾਲਿਆਂ ਨਾਲ ਕੰਟੈਕਟ ਕਰਦੇ ਨੇ ਫਿਰ ਜੇ ਤੁਹਾਡੇ ਕੋਲ ਕੋਈ ਪ੍ਰੋਫੈਸ਼ਨ ਹੈ ਤਾਂ ਤੁਸੀਂ ਉਹਨਾਂ ਨੂੰ ਦੱਸਣਾ ਵੀ ਭਾਈ ਮੇਰੇ ਕੋਲ ਆਹ ਪ੍ਰੋਫੈਸ਼ਨ ਹੈ ਮੈਂ ਆਹ ਪ੍ਰੋਫੈਸ਼ਨ ਦਾ ਕੰਮ ਕਰ ਸਕਦਾ ਦਫ਼ਤਰੀ ਹੋਇਆ ਜਾਂ ਕੋਈ ਹੋਰ ਕਿਸੇ ਤਰੀਕੇ ਦਾ ਕੰਮ ਕੋਈ ਵੀ ਪ੍ਰੋਫੈਸ਼ਨ ਹੋ ਸਕਦੀ ਡਰਾਈਵਰੀ ਹੋਈ ਜਾਂ ਹਾਂ ਉਹ ਤੁਸੀਂ ਦੱਸ ਸਕਦੇ ਹੋ ਵੀ ਅਸੀਂ ਭਾਈ ਆਹ ਕੰਮ ਕਰ ਸਕਦੇ ਹਾਂ ਸਾਡੇ ਕੋਲ ਐਕਸਪੀਰੀਅੰਸ ਹੈਗਾ ਅਤੇ ਉਹ ਤੁਹਾਡੇ ਲਈ ਫਿਰ ਉਹੋ ਜਿਹਾ ਕੰਮ ਭਾਲ ਦੇਣਗੇ ਬਾਕੀ ਤੁਸੀਂ ਪੁੱਛਿਆ ਵੀ ਕਿੰਨੀ ਕੁ ਕਮਾਈ ਇੱਥੇ ਹੋ ਜਾਂਦੀ ਹੈ ਕਮਾਈ ਇੱਥੇ ਇੱਦਾਂ ਵੀ ਜੇ ਕੋਈ ਨੋਰਮਲ ਵੀ ਕੰਮ ਕਰਦਾ ਤਾਂ 10 ਯੂਰੋ ਤੋਂ ਥੱਲੇ ਉਹਨੂੰ ਨਹੀਂ ਤੁਸੀਂ ਤਨਖਾਹ ਦੇ ਸਕਦੇ ਹੈ ਨਾ 10 ਤੋਂ 12-13 ਬਾਕੀ ਡਿਪੈਂਡ ਹੈ ਹੁਣ ਇੱਥੇ ਜਿਹੜਾ ਡਾਕਟਰ ਹੈ ਉਹਦੀ 7-8 ਹਜ਼ਾਰ ਯੂਰੋ ਤਨਖਾਹ ਵੀ ਹੈਗੀ ਇੰਜੀਨੀਅਰ ਦੀ ਵੀ 5-6 ਹਜ਼ਾਰ ਯੂਰੋ ਤਨਖਾਹ ਹੈ ਡਿਪੈਂਡ ਹੈ ਵੀ ਅਸੀਂ ਕੰਮ ਕੀ ਕਰਦੇ ਹਾਂ ਉਹੀ ਪ੍ਰੋਫੈਸ਼ਨ ਆ ਗਿਆ ਨਾ ਉਹੀ ਸਾਡੇ ਇੰਡੀਆ 'ਚ ਵੀ ਇਹੀ ਹਿਸਾਬ ਹੈ ਜਿੱਦਾਂ ਦੀ ਪ੍ਰੋਫੈਸ਼ਨ ਹੈ ਉੱਦਾਂ ਦੀ ਤੁਹਾਨੂੰ ਆਮਦਨ ਹੈ ਜੇ ਇੱਥੇ ਹੁਣ ਤੁਸੀਂ ਆ ਕੇ ਆਪਾਂ ਨੇ ਦਿਹਾੜੀ ਕਰਨੀ ਹੈ ਦਿਹਾੜੀ ਦਾ ਮਤਲਬ ਇਹ ਹੈ ਵੀ ਕੋਈ ਬੰਦਾ ਜਿਹਨੂੰ ਕੰਮ ਕੋਈ ਨਹੀਂ ਆਉਂਦਾ ਹੈਗਾ ਠੀਕ ਹੈ ਨੀ ਉਹਨੂੰ ਜਿੱਥੇ ਮਰਜ਼ੀ ਲਾ ਦਿਓ ਅਤੇ ਉਹਨੂੰ 10 ਯੂਰੋ 12 ਯੂਰੋ ਇੰਨੇ ਕੁ ਤਨਖਾਹ ਮਿਲੇਗੀ ਇੰਨੇ ਯੂਰੋ ਮਿਲਦੀ ਹੈ ਘੰਟੇ ਦੀ ਪਰ ਘੰਟਾ ਉਹਦੇ ਵਿੱਚੋਂ ਫਿਰ ਤੁਹਾਡਾ ਟੈਕਸ ਵੀ ਕੱਟਿਆ ਜਾਣਾ ਟੈਕਸ ਉਹ ਤੁਹਾਡੀ ਤਨਖਾਹ ਦੇ ਹਿਸਾਬ ਨਾਲ ਕਿਸੇ ਤੋਂ 15% ਲੈਂਦੇ ਆ ਕਿਸੇ ਤੋਂ 20% ਲੈਂਦੇ ਆ ਕਿਸੇ ਤੋਂ 10% ਵੀ ਲੈਂਦੇ ਆ ਅਤੇ ਉਸ ਤੋਂ ਬਾਅਦ ਇੱਕ ਰਿਟਾਇਰਮੈਂਟ ਟੈਕਸ ਹੁੰਦਾ ਹੈ ਇੱਕ ਅਨਪਲਾਈਮੈਂਟ ਟੈਕਸ ਹੁੰਦਾ ਉਹ ਪਤਾ ਨਹੀਂ ਦੋ ਤੁਹਾਡੇ 'ਤੇ ਅਜੇ ਲੱਗਣਗੇ ਕਿ ਨਹੀਂ ਲੱਗਣਗੇ ਪਰ ਇੱਕ ਗੌਰਮੈਂਟ ਦਾ ਟੈਕਸ ਹੈ ਜਿਹੜਾ ਉਹ ਜ਼ਰੂਰੀ ਹੈ ਬਾਕੀ ਇਹ ਵੀ ਤੁਸੀਂ ਜਿੰਨਾ ਚਿਰ 1-2 ਸਾਲ ਵਾਸਤੇ ਨਾ ਬੰਦੇ ਨੂੰ ਆਪਣੇ ਆਪ ਨੂੰ ਤਿਆਰ ਹੋ ਕੇ ਆਉਣਾ ਪੈਣਾ ਕਿਉਂਕਿ ਜੇ ਅਸੀਂ ਰਿਸਕ ਨਹੀਂ ਲੈਂਦੇ ਤੇ ਆਪਾਂ ਕਿਤੇ ਵੀ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਰਿਸਕ ਲਏ ਤੋਂ ਬਿਨਾਂ ਤੁਸੀਂ ਅੱਗੇ ਵੱਧ ਨਹੀਂ ਸਕਦੇ ਹੁਣ ਮੈਂ ਇੱਥੇ ਆ ਕੇ 10 ਸਾਲ ਵਿਹਲੀ ਰਹੀ ਹਾਂ ਵਿਰਕ ਸਾਹਿਬ ਇਕੱਲੇ ਕੰਮ ਕਰਦੇ ਸੀ ਉਹੀ ਮੈਂ ਅਨਪਲਾਈਮੈਂਟ ਜਾਂਦੀ ਸੀ ਉਹ ਕਹਿ ਦਿੰਦੇ ਸੀ ਤੂੰ ਬੋਲੀ ਹੋਰ ਸਿੱਖ ਲੈ ਅਤੇ ਮੈਂ ਕਿਹਾ ਵੀ ਬੋਲੀ ਹੁਣ ਮੈਂ 2 ਸਾਲ ਲੈਂਗੁਏਜ ਕੋਰਸ ਕਰ ਲਿਆ ਬੋਲੀ ਮੈਨੂੰ ਆਉਂਦੀ ਹੈ ਕੰਮ ਦਿਓ ਪਰ ਨਹੀਂ ਮਿਲਿਆ ਪਰ ਇਕੱਲੇ ਕਰਦੇ ਸੀ ਸਾਡਾ ਗੁਜ਼ਾਰਾ ਸੋਹਣਾ ਹੋ ਜਾ ਰਿਹਾ ਸੀ ਸਾਡਾ ਗੁਜ਼ਾਰਾ ਸੋਹਣਾ ਹੋ ਰਿਹਾ ਤੁਸੀਂ ਆਪਣਾ ਜਦੋਂ ਆਉਣਾ ਕਾਫੀ ਸਮਾਨ ਉੱਥੋਂ ਭਰ ਲਿਆਇਓ ਨਾਲ ਐਕਸਟਰਾ ਬੈਗ ਮਿਲ ਜਾਂਦਾ ਜੇ ਤੁਸੀਂ ਫਿਨਏਅਰ ਤੇ ਆਉਣਾ ਤਾਂ ਉਹਦੇ 'ਚ ਐਕਸਟਰਾ ਬੈਗ ਤੁਸੀਂ ਲੈ ਸਕਦੇ ਹੋ ਜਿਵੇਂ ਦਾਲਾਂ ਹੋ ਗਈਆਂ ਦਾਲਾਂ ਹੋ ਗਈ ਚਾਹ ਪੱਤੀ ਹੋ ਗਈ ਮਸਾਲੇ ਹੋ ਗਏ ਆਟਾ ਚੌਲ ਜੇ ਚੁੱਕ ਸਕਦੇ ਹੋ ਮਿਲਦਾ ਇੱਥੇ ਸਭ ਕੁਝ ਜਾਂਦਾ ਉਹ ਕਹਿਣ ਦਾ ਮਤਲਬ ਇਹ ਹੈ ਵੀ ਸਟੋਰ 'ਚੋਂ ਤੁਹਾਨੂੰ ਸਿਰਫ ਦੁੱਧ ਅਤੇ ਆਟਾ ਹੀ ਲੈਣਾ ਪਵੇ ਚੀਨੀ ਲੈਣੀ ਪਵੇ ਅਤੇ ਬਾਕੀ ਤੁਹਾਡਾ ਸਟਾਰਟਿੰਗ ਦੇ ਵਿੱਚ ਇੰਨਾ ਮਤਲਬ ਕਿ ਖਰਚਾ ਨਾ ਹੋਵੇ ਤੁਸੀਂ ਇੰਨਾ ਕੁ ਸਮਾਨ ਚੁੱਕ ਲਿਆਓ ਇੰਡੀਆ ਤੋਂ ਜਿਹਦੇ ਨਾਲ ਤੁਹਾਨੂੰ 2-3 ਮਹੀਨੇ ਨਿਕਲ ਜਾਣ ਅਤੇ 2-3 ਮਹੀਨੇ ਦੇ ਵਿੱਚ ਤੁਸੀਂ ਟਰਾਈ ਕਰਦੇ ਰਹੋ ਬਾਕੀ ਇੱਥੇ ਹੈ ਵੀ ਡਿਲੀਵਰੀ ਦਾ ਕੰਮ ਜਿਹੜੇ ਮਤਲਬ ਕਿ ਹੋਟਲਾਂ ਦੇ ਵਿੱਚ ਉਹਦਾ ਨਾਂ ਹੈ ਵੋਲਟ ਉਹ ਕੰਪਨੀ ਹੈ ਉਹਦਾ ਸਾਨੂੰ ਕੋਈ ਪਤਾ ਨਹੀਂ ਵੀ ਕੀ ਹਿਸਾਬ ਕਿਤਾਬ ਹੈ ਅਤੇ ਬਾਕੀ ਇੱਦਾਂ ਦੀਆਂ ਅਖਬਾਰਾਂ ਲੋਕ ਪਾਉਂਦੇ ਨੇ ਪਰ ਇਹ ਇਹਦੇ ਵਿੱਚ ਕੋਈ ਖਾਸ ਆਮਦਨ ਨਹੀਂ ਹੈਗੀ ਇੱਦਾਂ ਸਾਡੇ ਘਰ ਬੁੱਧਵਾਰ ਅਤੇ ਸ਼ਨੀਵਾਰ ਆਉਂਦੀਆਂ ਨੇ ਅਤੇ ਸਾਰੇ ਜਿਵੇਂ ਕਹਿ ਲਓ ਐਡਵਰਟਾਈਜਮੈਂਟ ਹੈ ਸਾਰੇ ਸਟੋਰਾਂ ਦੀਆਂ ਅਤੇ ਹੋਰ ਵੀ ਬੁੱਧਵਾਰ ਅਤੇ ਸ਼ਨੀਵਾਰ 2 ਦਿਨ ਆਉਂਦੀਆਂ ਪਰ ਇਹਨਾਂ ਦੇ ਵਿੱਚ ਕੋਈ ਖਾਸ ਆਮਦਨ ਨਹੀਂ ਉਹ ਅਖਬਾਰ ਹੈਗੀ ਜਿਹਦਾ ਨਾਂ ਆ ਆਮੂ ਲਹਿਤੀ ਮੋਰਨਿੰਗ ਦੀ ਅਖਬਾਰ ਹੈ ਉਹਦੇ 'ਚ ਜੇ ਕੰਮ ਮਿਲ ਜਾਵੇ ਉਹ ਤੁਹਾਨੂੰ ਸਵੇਰੇ 4-5 ਵਜੇ ਪਾਣੀ ਪੈਂਦੀ ਹੈ ਅਤੇ ਉਹਦੇ 'ਚ ਪੈਸੇ ਬਾਕੀ ਤੁਹਾਨੂੰ ਜਦੋਂ ਫੈਕਟਰੀ 'ਚ ਕਿਤੇ ਕੰਮ ਮਿਲੇਗਾ ਉੱਥੇ ਬੋਲੀ ਦੀ ਵੀ ਪ੍ਰੋਬਲਮ ਆਉਣੀ ਹੈ ਸ਼ੁਰੂ 'ਚ ਠੀਕ ਹੈ ਨਹੀਂ ਪਰ ਇਹ ਵੀ ਚਲੋ ਜੇ ਤੁਸੀਂ ਇੰਗਲਿਸ਼ ਮਾੜੀ ਮੋਟੀ ਬੋਲ ਲੈਂਦੇ ਹੋ ਇਹੋ ਜਿਹਾ ਕੰਮ ਮਿਲ ਜਾਵੇ ਜਿੱਥੇ ਬੋਲੀ ਦੀ ਨਹੀਂ ਜ਼ਰੂਰਤ ਹੈਗੀ ਜਿਵੇਂ ਆਹ ਡਿਲੀਵਰੀ ਵਾਲਾ ਕੰਮ ਹੈ ਇੱਥੇ ਵੀ ਤੁਹਾਨੂੰ ਇੰਗਲਿਸ਼ ਤਾਂ ਆਉਣੀ ਚਾਹੀਦੀ ਹੈ ਨਾ ਮਾੜੀ ਮੋਟੀ ਤੁਸੀਂ ਸਮਝਾ ਸਕੋ ਅਤੇ ਬਾਕੀ ਡਿਪੈਂਡ ਹੈ ਤੁਹਾਡੇ ਲੱਕ 'ਤੇ ਬਾਕੀ ਇਹ ਵੀ ਹੈ ਤੁਸੀਂ ਕਿਹੜੇ ਸ਼ਹਿਰ 'ਚ ਆਉਂਦੇ ਹੋ ਉੱਥੇ ਕੰਮ ਹੈ ਜਾਂ ਘੱਟ ਹੈ ਜਾਂ ਨਹੀਂ ਹੈ ਜਾਂ ਕਿੰਨੇ ਕੁ ਸਟੂਡੈਂਟ ਉੱਥੇ ਆਉਂਦੇ ਆ ਉਹ ਵੀ ਮਤਲਬ ਚਲੋ ਵੀ ਮੈਟਰ ਕਰਦਾ ਬਾਕੀ ਇਹ ਵੀ ਉਹਦੇ 'ਤੇ ਵੀ ਫਰਕ ਪੈਂਦਾ ਬਹੁਤ ਵਧੀਆ ਕੰਟਰੀ ਹੈ ਸ਼ਾਂਤੀ ਹੈ ਇੱਥੇ ਕੋਈ ਇੱਥੇ ਕਰਪਸ਼ਨ ਨਹੀਂ ਹੈਗਾ
ਅਮੀਰ ਗਰੀਬ ਸਭ ਇੱਕ ਬਰਾਬਰ ਨੇ, ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ। 5 ਮਿਲੀਅਨ ਆਦਮੀ ਹੈ ਇੱਥੇ, 55 ਲੱਖ 60 ਲੱਖ ਤੇ ਬਹੁਤ ਵਧੀਆ ਦੇਸ਼ ਹੈ। ਬਾਕੀ ਆ ਵੀ ਜਿਹੜਾ ਬੰਦਾ ਮਿਹਨਤੀ ਹੈ ਉਹ ਕਾਮਯਾਬ ਹੋ ਜਾਂਦਾ ਹੈ, ਤੇ ਮਿਹਨਤੀ ਇਨਸਾਨ ਹਮੇਸ਼ਾ ਕੋਸ਼ਿਸ਼ ਕਰਦਾ ਰਹਿੰਦਾ, ਪੁੱਛਦਾ ਰਹਿੰਦਾ ਵੀ ਮੈਨੂੰ ਕਿਤੇ ਨਾ ਕਿਤੇ ਕੰਮ ਮਿਲ ਜਾਵੇ, ਤੇ ਹੋ ਸਕਦਾ ਤੁਹਾਨੂੰ ਆਉਂਦਿਆਂ ਨੂੰ ਮਿਲ ਜਾਵੇ ਕੰਮ। ਬਾਕੀ ਹੈ ਵੀ ਡਿਪੈਂਡ ਹੈ ਤੁਹਾਡੇ ਲੱਕ 'ਤੇ, ਡਿਪੈਂਡ ਹੈ ਤੁਹਾਡੇ ਲੱਕ 'ਤੇ। ਬਾਕੀ ਜੇ ਸ਼ੁਰੂ 'ਚ ਤੁਸੀਂ ਕਹੋਗੇ ਵੀ ਹਾਂਜੀ ਅਸੀਂ ਆਉਂਦੇ ਪੈਸੇ ਕਮਾ ਲਵਾਂਗੇ ਜਾਂ ਵਾਧੂ, ਕਿਉਂਕਿ ਕਈ ਚੀਜ਼ਾਂ ਜਿਹੜੀਆਂ ਨੇ ਉਹ ਮੈਟਰ ਕਰਦੀਆਂ ਨੇ, ਬੋਲੀ ਮੈਟਰ ਕਰਦੀ ਹੈ, ਕੰਮ ਜਿਹੜਾ ਉਹ ਮਿਲਦਾ ਜਾਂ ਨਹੀਂ ਮਿਲਦਾ ਜਾਂ ਕਿੰਨਾ ਕੁ ਮਿਲਦਾ ਹੈ, ਠੀਕ ਹੈ ਨਾ। ਭਾਵੇਂ ਸਪਾਊਸ ਨੂੰ ਉਹ ਕੰਮ ਪੂਰਾ ਅਲਾਊਡ ਕਰਦੇ ਨੇ ਅਤੇ ਕੰਮ ਮਿਲਦਾ ਕਿ ਨਹੀਂ ਮਿਲਦਾ ਜਾਂ ਜਿੱਥੇ ਕੰਮ ਤੁਹਾਨੂੰ ਮਿਲਦਾ ਉੱਥੇ ਬੋਲੀ ਦੀ ਕਿੰਨੀ ਕੁ ਜ਼ਰੂਰਤ ਹੈ, ਠੀਕ ਹੈ ਨਾ। ਇਹ ਸਾਰੀਆਂ ਚੀਜ਼ਾਂ ਮਤਲਬ, ਬਾਕੀ ਜਿਹੜਾ ਇੱਥੇ ਕਹਿ ਲਓ ਵੀ ਚੋਰੀ ਵਾਲਾ ਕੰਮ ਹੈ ਉਹ ਬਿਲਕੁਲ ਨਹੀਂ ਹੈਗਾ ਇੱਥੇ, ਸਮਝੇ ਨਾ। ਜਿਵੇਂ ਸਾਡੇ ਹੋਰ ਦੇਸ਼ਾਂ 'ਚ ਇੰਗਲੈਂਡ ਕਨੇਡਾ ਅਮਰੀਕਾ 'ਚ ਮਿਲ ਜਾਂਦਾ ਕੰਮ ਚੋਰੀ, ਇੱਥੇ ਇਸ ਦੇਸ਼ ਦੇ ਵਿੱਚ ਸਾਡੀ ਸਮਝ ਦੇ ਮੁਤਾਬਕ ਬਿਲਕੁਲ ਨਹੀਂ ਹੈਗਾ। ਹਾਂ ਤੁਹਾਨੂੰ ਕੋਈ ਦੇ ਦੇਵੇ, ਤੁਹਾਡਾ ਭਾਈਚਾਰਾ ਬਣ ਜਾਵੇ ਤਾਂ ਉਹ ਵੱਖਰੀ ਗੱਲ ਹੈ, ਪਰ ਅਸੀਂ ਤੁਹਾਨੂੰ ਇਹੋ ਜਿਹੀ ਕੋਈ ਵੀ ਸਲਾਹ ਨਹੀਂ ਦੇਵਾਂਗੇ। ਨਾ ਅਸੀਂ ਆਪਣੀ ਜ਼ਿੰਦਗੀ 'ਚ ਕਦੇ ਇਹੋ ਜਿਹਾ ਕੰਮ ਕੀਤਾ ਅਤੇ ਨਾ ਹੀ ਅਸੀਂ ਕਦੇ ਕਿਸੇ ਨੂੰ ਦੇਖਿਆ ਇਹੋ ਜਿਹਾ ਕੰਮ ਕਰਦੇ, 2 ਨੰਬਰ ਵਾਲਾ ਚੋਰੀ, ਚੋਰੀ ਮਤਲਬ ਬਿਨਾਂ ਟੈਕਸ ਤੋਂ। ਅਤੇ ਇਹੋ ਜਿਹੀ ਅਸੀਂ ਤੁਹਾਨੂੰ ਕੋਈ ਵੀ ਸਲਾਹ ਨਹੀਂ ਦੇਵਾਂਗੇ ਵੀ ਹਾਂ ਆ ਜਾਓ ਭਾਈ ਇੱਥੇ ਚੋਰੀ ਕੰਮ ਮਿਲ ਜਾਂਦਾ ਵਾਧੂ ਆ, ਨਹੀਂ। ਸਾਨੂੰ ਇੱਥੇ 35 ਸਾਲ ਤੋਂ ਵੀ ਉੱਪਰ ਹੋ ਚੱਲੇ ਨੇ, ਅਸੀਂ ਕਦੇ ਵੀ ਇਹੋ ਜਿਹਾ ਕੰਮ ਨਹੀਂ ਕੀਤਾ ਅਤੇ ਨਾ ਹੀ ਅਸੀਂ ਕੋਸ਼ਿਸ਼ ਕੀਤੀ ਹੈ ਅਤੇ ਨਾ ਹੀ ਸਾਨੂੰ ਮਿਲਿਆ। ਬਾਕੀ ਤੁਸੀਂ ਆਓ ਜੀ ਸਦਕੇ, ਫਿਨਲੈਂਡ ਬਹੁਤ ਵਧੀਆ ਦੇਸ਼ ਹੈ, ਕਾਫੀ ਸਹੂਲਤਾਂ ਨੇ ਇੱਥੇ, ਬੱਚਿਆਂ ਦੀ ਪੜ੍ਹਾਈ ਫਰੀ ਹੈ ਔਰ ਬੱਚੇ ਤੁਸੀਂ ਨਾਲ ਲਿਆ ਸਕਦੇ ਹੋ, ਬੜੇ ਲੋਕ ਆਏ ਨੇ ਬੱਚੇ ਲੈ ਕੇ ਨਾਲ, ਠੀਕ ਹੈ ਨੀ। ਅਤੇ ਬੱਚਿਆਂ ਨੂੰ ਸਕੂਲ 'ਚ ਉਹ ਲੈ ਲੈਂਦੇ ਆ, ਉਹਨਾਂ ਦੀ ਮਰਜ਼ੀ ਆ ਕਿਹੜੀ ਕਲਾਸ 'ਚ ਲੈਣਗੇ ਬੱਚੇ ਨੂੰ ਸਕੂਲ 'ਚ, ਠੀਕ ਹੈ ਨਾ। ਅਤੇ ਬਾਕੀ ਸਾਰਾ ਕੁਛ ਤੁਹਾਨੂੰ ਦੱਸ ਦਿੱਤਾ ਵੀ ਮਕਾਨ ਜੇ ਤਾਂ ਤੁਸੀਂ ਹੈਲਸੀਕੀ 'ਚ ਲੈਂਦੇ ਹੋ ਤਾਂ ਕਾਫੀ ਮਹਿੰਗਾ ਹੈ, 700-800 ਵੀ ਹੋ ਸਕਦਾ ਹੈ, ਅਤੇ ਇੱਧਰ ਆਉਂਗੇ ਤਾਂ ਤੁਹਾਨੂੰ 500 'ਚ ਵੀ ਮਿਲ ਜਾਏਗਾ, 400 'ਚ ਵੀ ਮਿਲ ਜਾਏਗਾ, ਜੇ ਬਿਲਕੁਲ ਸੈਂਟਰ 'ਚ ਲਾਉਂਗੇ ਤਾਂ 600 'ਚ ਵੀ ਮਿਲ ਜਾਏਗਾ, ਠੀਕ ਹੈ ਨਾ। ਅਤੇ ਬਿਜਲੀ ਪਾਣੀ ਦਾ ਤੁਹਾਨੂੰ ਦੱਸ ਦਿੱਤਾ ਲਹਿਦਾ, ਜੇ ਤੁਸੀਂ ਗੱਡੀ ਲੈਣੀ ਆ ਉਹਦਾ ਵੀ ਲਹਿਦਾ, ਡਾਕਟਰ ਕੋਲ ਜਾਣਾ ਉਹ ਕਹਿੰਦੇ ਵੀ ਇੱਥੇ ਇੱਕ ਯੂਨੀਅਨ ਬਣੀ ਹੈ ਉਹਨਾਂ ਦੀ ਸਟੂਡੈਂਟਾਂ ਦੀ, ਉਹਦੇ ਥਰੂ ਡਾਕਟਰ ਕੋਲ ਥੋੜ੍ਹਾ ਸਸਤਾ ਹੈ। ਅਗਰ ਤੁਸੀਂ ਪ੍ਰਾਈਵੇਟ ਡਾਕਟਰ ਕੋਲ ਜਾਓਗੇ ਤਾਂ ਉਹ ਕਾਫੀ ਮਹਿੰਗੇ ਨੇ, ਵੀ ਜਿਵੇਂ ਦੰਦ ਖਰਾਬ ਹੋ ਗਏ ਜਾਂ ਹੋਰ ਕੋਈ ਪ੍ਰੋਬਲਮ ਆ ਗਈ। ਸੋਰੀ ਵਿੱਚ ਫੋਨ ਆ ਗਿਆ ਸੀ ਬੇਟੇ ਮੇਰੇ ਦਾ। ਆਹ ਨੇ ਜੀ ਗੱਲਾਂ ਬਾਤਾਂ, ਅਤੇ ਬਾਕੀ ਜੇ ਤੁਸੀਂ ਹੋਰ ਕੋਈ ਗੱਲ ਪੁੱਛਣੀ ਹੋਈ ਤਾਂ ਤੁਸੀਂ ਸਾਡੇ ਤੋਂ ਪੁੱਛ ਸਕਦੇ ਹੋ, ਕਮੈਂਟ ਕਰ ਦਿਓ, ਕਮੈਂਟ ਕਰਿਓ ਅਤੇ ਅਸੀਂ ਉਹਦਾ ਜਵਾਬ ਦੇਵਾਂਗੇ ਜਿੰਨੀ ਕੁ ਸਾਨੂੰ ਨੌਲੇਜ ਹੈ। ਅਤੇ ਬਾਕੀ ਆਓ ਤੁਸੀਂ ਇੱਥੇ, ਵੈਲਕਮ ਹੈ ਤੁਹਾਡਾ, ਕਿਉਂਕਿ ਇੱਥੇ ਵਰਕਰਾਂ ਦੀ ਜ਼ਰੂਰਤ ਹੈਗੀ ਹੈ, ਵਰਕਰਾਂ ਦੀ ਜ਼ਰੂਰਤ ਹੈਗੀ ਹੈ ਇੱਥੇ। ਬਾਕੀ ਵੀ ਅੱਗੇ ਵੀ ਮੈਂ ਕਿਹਾ ਵੀ ਜਿਹੜਾ ਮਿਹਨਤੀ ਇਨਸਾਨ ਹੈ ਨਾ ਉਹ ਕਿਤੇ ਵੀ ਚਲਾ ਜਾਏ ਉਹ ਕਾਮਯਾਬ ਹੋ ਜਾਂਦਾ। ਬਾਕੀ ਹੈ ਵੀ ਸਟਾਰਟਿੰਗ ਦੇ ਵਿੱਚ ਤੁਹਾਨੂੰ ਮੁਸ਼ਕਲਾਂ ਤਾਂ ਆਉਣਗੀਆਂ, ਕਿਉਂਕਿ ਹੁਣ ਆਪਣੇ ਦੇਸ਼ ਦੇ ਵਿੱਚ ਹੀ ਤੁਸੀਂ ਦੇਖ ਲਓ ਵੀ ਬਾਹਰੋਂ ਕੋਈ ਆਵੇ ਸਾਡੇ ਪੰਜਾਬ ਦੇ ਵਿੱਚ ਹੀ ਤੇ ਪਹਿਲਾਂ ਸਭ ਤੋਂ ਪਹਿਲਾਂ ਦੇਖੇਗਾ ਵੀ ਮੈਨੂੰ ਰਹਿਣ ਨੂੰ ਛੱਤ ਮਿਲੇ, ਹੈ ਨਾ। ਤੇ ਹੌਲੀ ਹੌਲੀ ਬੰਦਾ ਕਾਮਯਾਬ ਹੋ ਹੀ ਜਾਂਦਾ, ਕਿਉਂਕਿ ਜੇ ਆਪਾਂ ਰਿਸਕ ਨਹੀਂ ਲੈਂਦੇ ਰਿਸਕ ਤੋਂ ਬਿਨਾਂ, ਤੇ ਜੇ ਆਪਾਂ ਕਹਿ ਦਈਏ ਵੀ ਸਾਨੂੰ ਉੱਥੇ ਬੈਠਿਆਂ ਵੀ ਸਭ ਕੁਛ ਪਤਾ ਲੱਗ ਜਾਵੇ, ਕਿਉਂਕਿ ਇੱਥੇ ਆਉਣਾ ਪੈਣਾ, ਆ ਕੇ ਦੇਖਣਾ ਪੈਣਾ, ਟਰਾਈ ਕਰਨੀ ਪੈਣੀ ਹੈ। ਬਿਲਕੁਲ। ਬਾਕੀ ਮੈਂ ਤਾਂ ਇਹੀ ਕਹਾਂਗੀ ਵੀ ਸਟਾਰਟਿੰਗ ਦੇ ਵਿੱਚ ਤੁਸੀਂ ਆਪਣਾ ਜਿਵੇਂ ਕਹਿ ਦਿੰਦੇ ਹਾਂ ਵੀ ਖਰਚਾ ਪਾਣੀ, ਹੈ ਨਾ, ਵੀ ਸਟਾਰਟਿੰਗ ਦੇ ਵਿੱਚ ਮੁਸ਼ਕਲ ਨਾ ਆਵੇ ਤੁਹਾਨੂੰ। ਹੋ ਸਕਦਾ 2-4 ਮਹੀਨੇ ਕੰਮ ਨਾ ਮਿਲੇ, 6 ਮਹੀਨੇ ਨਾ ਮਿਲੇ, ਅਤੇ ਬੰਦਾ ਆਪਣਾ ਗੁਜ਼ਾਰਾ ਕਰ ਸਕੇ। ਅਤੇ ਬਾਕੀ ਇਹ ਵੀ ਜੇ ਤੁਸੀਂ ਆਉਂਦੇ ਹੋ ਇੰਡੀਆ ਤਾਂ ਆਪਣਾ ਤੋਂ ਸਮਾਨ ਚੁੱਕ ਲਿਆ ਉੱਥੋਂ, ਖਾਣ ਪੀਣ ਦਾ ਕਾਫੀ, ਅਤੇ ਸਟਾਰਟਿੰਗ ਦੇ ਵਿੱਚ ਨਾ ਇੰਨਾ ਖਰਚਾ ਕਰਨਾ ਪਵੇ। ਅਤੇ ਬਾਕੀ ਡਿਪੈਂਡ ਇਹ ਵੀ ਹੈ ਨਾ ਵੀ ਸ਼ਹਿਰ ਕਿਹੜੇ 'ਚ। ਹਾਂ ਡਿਪੈਂਡ ਸ਼ਹਿਰ 'ਤੇ ਆ, ਜਿਵੇਂ ਹੁਣ ਅਸੀਂ ਦਿੱਲੀ 'ਚ ਜਾ ਕੇ ਰਹਿ ਲਈਏ ਤਾਂ ਦਿੱਲੀ ਕਿੰਨੀ ਮਹਿੰਗੀ ਹੈ, ਹੈ ਨਾ। ਦਿੱਲੀ ਤੋਂ ਥੋੜ੍ਹਾ ਆਪਾਂ ਬਾਹਰ ਚਲੇ ਜਾਈਏ
ਤੇ ਥੋੜਾ ਸਸਤਾ ਮਿਲ ਜਾਂਦਾ ਹੈ। ਤੇ ਬਾਕੀ ਇਹ ਵੀ ਸਟੂਡੈਂਟ ਜਿਹੜੇ ਮਕਾਨ ਨੇ ਉਹ ਸਸਤੇ ਨੇ ਸਟਾਰਟਿੰਗ ਦੇ ਵਿੱਚ, ਮੈਂ ਤਾਂ ਇਹ ਕਹਾਂਗੀ, ਪਰ ਉਹ ਵੀ ਸ਼ਾਇਦ ਅਪਲਾਈ ਕਰਨਾ ਪੈਂਦਾ। ਪਹਿਲਾਂ ਉੱਥੋਂ ਹੀ ਆਨਲਾਈਨ ਅਪਲਾਈ ਹੁੰਦਾ, ਉਹ ਤੁਹਾਨੂੰ ਅਪਲਾਈ ਕਰਨਾ ਪਏਗਾ, ਫਿਰ ਮਿਲੇਗਾ ਤੁਹਾਨੂੰ। ਇਹ ਵੀ ਮਕਾਨ ਉੱਥੋਂ ਹੀ ਮਿਲਦੇ ਆ ਜਿਹੜੇ ਹੁੰਦੇ ਪ੍ਰਾਈਵੇਟ ਮਕਾਨ, ਉੱਥੇ ਉਹਨਾਂ ਦੀ ਰਿਪੋਰਟ ਹੁੰਦੀ ਹੈ ਅੰਬੈਸੀ 'ਚ। ਬਾਕੀ ਅਸੀਂ ਕਹਾਂਗੇ ਵੀ ਵੱਧ ਤੋਂ ਵੱਧ ਆਓ, ਹੈ ਨਾ, ਆ ਕੇ ਆਪਣੀ ਇੱਥੇ ਕਿਸਮਤ ਅਜਮਾਓ। ਅਤੇ ਇਹ ਸੀ ਸਾਡੀ ਅੱਜ ਦੀ ਵੀਡੀਓ, ਅਤੇ ਮਿਲਦੇ ਹਾਂ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ। ਅਤੇ ਆਪਣਾ ਰੱਖਿਓ ਖਿਆਲ, ਅਤੇ ਸਾਡੀ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ, ਅਤੇ ਬੈੱਲ ਵਾਲਾ ਬਟਨ ਜ਼ਰੂਰ ਪ੍ਰੈੱਸ ਕਰਿਓ ਤਾਂ ਕਿ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਹਰ ਹਾਲ ਵਿੱਚ ਮਿਲ ਸਕੇ। ਓਕੇ ਜੀ, ਗੋਡ ਬਲੈਸ ਯੂ ਆਲ, ਬਾਏ।